ਅੱਜ ਮੈਂ ਨਾ ਹੀ ਗੱਲ ਕਰਾਂਗੀ ਬਾਲੀਵੁੱਡ ਬਾਰੇ, ਨਾ ਹੀ ਮੈਂ ਗੱਲ ਕਰਾਂਗੀ ਬਾਲੀਵੁੱਡ ਬਾਰੇ, ਪਰ ਅੱਜ ਮੈਂ ਗੱਲ ਕਰਾਂਗੀ ਤੁਹਾਡੇ ਨਾਲ ਬਿਗ ਬੋਸ 13 ਦੇ ਬਾਰੇ। ਅਸੀਂ ਪਿਛਲੇ ਕਾਫੀ ਦਿਨਾਂ ਤੋਂ ਬਿਗ ਬੋਸ 13 ਦੇ ਬਾਰੇ ਸੁਣ ਰਹੇ ਹਾਂ, ਗੱਲਾਂ ਕਰ ਰਹੇ ਹਾਂ, ਅਤੇ ਉੱਥੇ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਆਰਟਿਸਟ ਦੀ ਕੈਟਰੀਨਾ ਕੈਫ ਪੰਜਾਬੀ, ਯਾਨੀ ਕਿ ਸ਼ਹਿਨਾਜ਼ ਗਿੱਲ ਔਰ ਪਾਰਸ ਛਾਬੜਾ ਦੇ ਵਿੱਚ ਕੁਛ ਚੱਲ ਰਿਹਾ। ਦੇਖਿਆ, ਮੈਂ ਤੁਹਾਨੂੰ ਪਹਿਲੇ ਕਿਹਾ ਸੀ ਨਾ, ਤੇ ਹੁਣ ਇਸ ਗੱਲ ਦੀ ਕਨਫਰਮੇਸ਼ਨ ਹੋ ਚੁੱਕੀ ਹੈ ਬਿਗ ਬੋਸ ਦੇ ਲੇਟੈਸਟ ਐਪੀਸੋਡ ਦੇ ਵਿੱਚ। ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਬਿਗ ਬੋਸ ਦੇ ਘਰ ਵਿੱਚ ਸ਼ਹਿਨਾਜ਼ ਗਿੱਲ ਦਾ ਇੱਕ ਨਵਾਂ ਨਾਮ ਪੈ ਚੁੱਕਾ ਹੈ। ਸਾਰੇ ਉਹਨਾਂ ਨੂੰ ਪਿਆਰ ਦੇ ਨਾਲ ਸਨਾ ਆਖ ਰਹੇ ਨੇ, ਤੇ ਉੱਥੇ ਪਾਰਸ ਛਾਬੜਾ ਵੀ ਉਹਨਾਂ ਨੂੰ ਕਿਊਟਲੀ ਪਿਆਰ ਦੇ ਨਾਲ ਸਨਾ ਕਹਿੰਦੇ ਨੇ। ਇਹੀ ਦੇਖਿਆ ਗਿਆ ਕਿ ਇੱਕ ਬਿਗ ਬੋਸ ਦੀ ਪ੍ਰਕਿਰਿਆ ਸੀ ਜਿਸ ਦੇ ਵਿੱਚ ਨੋਮੀਨੇਟ ਕਰਨਾ ਸੀ ਮੁੰਡਿਆਂ ਨੇ ਕੁੜੀਆਂ ਨੂੰ, ਤੇ ਉੱਥੇ ਪਾਰਸ ਛਾਬੜਾ ਦੀ ਜਦੋਂ ਵਾਰੀ ਆਈ ਕੁੜੀਆਂ ਨੂੰ ਨੋਮੀਨੇਟ ਕਰਨ ਦੀ, ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਸ਼ਹਿਨਾਜ਼ ਗਿੱਲ ਦੀ ਖਿੜਕੀ ਕਰ ਦਿੱਤੀ ਬੰਦ, ਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਮੈਨੂੰ ਲਾਈਕ ਨਹੀਂ ਕਰਦੀ ਤਾਂ ਮੈਂ ਤੈਨੂੰ ਨੋਮੀਨੇਟ ਕਰ ਰਿਹਾ। ਬਸ ਇਹੀ ਸੀ, ਪਾਰਸ ਛਾਬੜਾ ਨੇ ਕਰ ਦਿੱਤਾ ਨੋਮੀਨੇਟ। ਤੇ ਉੱਥੇ ਕਹਿੰਦੇ ਆ ਨਾ, ਪਿਆਰ ਦੀ ਦੂਜੀ ਜ਼ੁਬਾਨ ਹੁੰਦੀ ਹੈ ਗੁੱਸਾ, ਤੇ ਜਿੱਦਾਂ ਹੀ ਗੁੱਸੇ ਦੇ ਵਿੱਚ ਬਾਹਰ ਆਈ ਸ਼ਹਿਨਾਜ਼ ਨੋਮੀਨੇਸ਼ਨ ਦੀ ਪ੍ਰਕਿਰਿਆ ਤੋਂ, ਉਹਨਾਂ ਨੇ ਜਾਂਦੇ ਹੀ ਫਟਾਫਟ ਪਾਰਸ ਨੂੰ ਲਾ ਲਿਆ ਗਲੇ, ਤੇ ਇਸੀ ਗੁੱਸੇ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਨੂੰ ਗਲੇ ਲਾ ਕੇ ਰੋਂਦੇ ਹੋਏ ਇੱਕ ਦੂਜੇ ਦੇ ਨਾਲ ਪਿਆਰ ਦਾ ਇਜ਼ਹਾਰ ਕਰ ਦਿੱਤਾ। ਦੋਨਾਂ ਨੇ ਇੱਕ ਦੂਜੇ ਨੂੰ ਆਈ ਲਵ ਯੂ ਕਹਿ ਦਿੱਤਾ, ਤੇ ਉੱਥੇ ਸ਼ੁਰੂਆਤ ਹੋ ਗਿਆ ਇਹਨਾਂ ਦੋਨਾਂ ਦਾ ਖੂਬਸੂਰਤ ਰਿਸ਼ਤਾ। ਰਿਲੇਸ਼ਨਸ਼ਿਪਸ ਤਾਂ ਬਿਲਡਅਪ ਹੋ ਰਹੇ ਨੇ ਬਿਗ ਬੋਸ ਦੇ ਘਰ ਵਿੱਚ, ਪਰ ਉੱਥੇ ਅਸੀਂ ਨੋਟਿਸ ਕੀਤਾ ਸੀ ਕਿ ਸ਼ਹਿਨਾਜ਼ ਨੂੰ ਆਦਤ ਹੈ ਦੂਜਿਆਂ ਦੀ ਨਕਲ ਉਤਾਰਨ ਦਾ, ਅਤੇ ਇਹੀ ਆਦਤ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੁਹਰਾਈ। ਪਿਛਲੀ ਵਾਰ ਉਹਨਾਂ ਨੇ ਨਕਲ ਉਤਾਰੀ ਸੀ ਸਿਧਾਰਥ ਡੇ ਦੀ, ਅਤੇ ਹੁਣ ਉਹਨਾਂ ਨੇ ਨਕਲ ਉਤਾਰੀ ਕੋਇਨਾ ਮਿੱਤਰਾ ਦੀ। ਬਿਗ ਬੋਸ ਦੇ ਘਰ ਵਿੱਚ ਜਦੋਂ ਸਾਰੇ ਆਰਾਮ ਕਰ ਰਹੇ ਸੀ, ਰੈਸਟ ਮੋਡ 'ਤੇ ਸੀਗੇ, ਉੱਥੇ ਸ਼ਹਿਨਾਜ਼ ਗਿੱਲ ਨੂੰ ਆਈਡੀਆ ਆਇਆ ਸਾਰਿਆਂ ਨੂੰ ਐਂਟਰਟੇਨ ਕਰਨ ਦਾ, ਅਤੇ ਉਹਨਾਂ ਨੇ ਨਕਲ ਉਤਾਰਨੀ ਸ਼ੁਰੂ ਕਰ ਦਿੱਤੀ ਕੋਇਨਾ ਮਿੱਤਰਾ ਦੀ। ਆਪਣੇ ਬਾਲ ਬਿਖਾਰ ਕੇ ਉਹਨਾਂ ਦੇ ਵਾਂਗ ਤੁਰਦੇ ਹੋਏ, ਉਹਨਾਂ ਦੀ ਐਕਟਿੰਗ ਕਰਦੇ ਹੋਏ, ਉਹਨਾਂ ਨੇ ਸਾਰਿਆਂ ਨੂੰ ਹੱਸ ਹੱਸ ਲੋਟਪੋਟ ਕਰ ਦਿੱਤਾ। ਇਹੀ ਸੀ, ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਜਾਣੇ ਦੀ ਨਕਲ ਉਤਾਰੀ, ਅਤੇ ਹੁਣ ਸਿਧਾਰਥ ਡੇ ਕੋਇਨਾ ਮਿੱਤਰਾ ਦੀ ਨਕਲ ਉਤਾਰਨ ਤੋਂ ਬਾਅਦ ਉਹਨਾਂ ਨੇ ਨਕਲ ਉਤਾਰੀ ਆਪਣੀ ਵਨ ਆਫ ਦ ਰਾਈਵਲ ਪੰਜਾਬੀ ਇੰਡਸਟਰੀ ਦੀ ਮਾਡਲ ਮਾਹਿਰਾ ਸ਼ਰਮਾ। ਜਿੱਥੇ ਸ਼ਹਿਨਾਜ਼ ਗਿੱਲ ਦਾ ਘਰ ਦੇ ਵਿੱਚ ਨਿਕਨੇਮ ਪੈ ਚੁੱਕਾ ਸਨਾ, ਉੱਥੇ ਹੀ ਮਾਹਿਰਾ ਸ਼ਰਮਾ ਦਾ ਵੀ ਨਿਕਨੇਮ ਪੈ ਚੁੱਕਾ ਘਰ ਵਿੱਚ, ਅਤੇ ਉਹਨਾਂ ਨੂੰ ਕਿਹਾ ਜਾਂਦਾ ਬੇਬੋ, ਅਤੇ ਉੱਥੇ ਉਹਨਾਂ ਨੇ ਬੇਬੋ ਦੀ ਨਕਲ ਉਤਾਰਦੇ ਹੋਏ ਉਹਨਾਂ ਨੂੰ ਕਿਹਾ ਕਿ ਇਹ ਕਿਵੇਂ ਮਾਡਲ ਵਾਂਗ ਹਮੇਸ਼ਾ ਐਕਟ ਕਰਦੀ ਆ, ਪਰ ਉੱਥੇ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਉਹਨਾਂ ਦੀ ਮੰਮੀ ਵੀ ਇਹ ਸ਼ੋਅ ਦੇਖ ਰਹੇ ਨੇ, ਅਤੇ ਇਸੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਉਹਨਾਂ ਦੀ ਐਕਟਿੰਗ ਉਤਾਰਨੀ ਬੰਦ ਕਰ ਦਿੱਤੀ। ਬਿਗ ਬੋਸ ਦੇ ਘਰ ਵਿੱਚ ਕਿਤੇ ਵੀ ਕੋਈ ਵੀ ਗੱਲ ਲੁਕਦੀ ਨਹੀਂ ਆ, ਜਿੱਥੇ ਇੱਕ ਬੰਦੇ ਨੂੰ ਪਤਾ ਲੱਗੀ ਨਾਲ ਹੀ ਦੂਜੇ ਬੰਦੇ ਨੂੰ ਪਤਾ ਲੱਗ ਜਾਂਦੀ ਆ। ਬਸ ਇਹੀ ਸੀ, ਉਹਨਾਂ ਦੀ ਇਸ ਗੱਲ ਦਾ ਵੀ ਪਤਾ ਲੱਗ ਗਿਆ ਮਾਹਿਰਾ ਸ਼ਰਮਾ ਨੂੰ, ਅਤੇ ਉਹ ਆਗ ਬਬੂਲਾ ਹੋ ਗਈ, ਅਤੇ ਫਿਰ ਤੋਂ ਇਹਨਾਂ ਦੋਨਾਂ ਦੇ ਵਿੱਚ ਦੀ ਕੈਟ ਫਾਈਟ ਸ਼ੁਰੂ ਹੋ ਗਈ। ਇਹਨਾਂ ਦੋਨਾਂ ਦੀ ਕੈਟ ਫਾਈਟ ਹੋਈ, ਦੋਨਾਂ ਨੇ ਲੜਾਈ ਕੀਤੀ, ਪਰ ਉਸ ਤੋਂ ਇਲਾਵਾ ਬਿਗ ਬੋਸ ਦੇ ਘਰ ਵਿੱਚ ਹੋਰ ਵੀ ਕਈ ਲੜਾਈਆਂ ਹੋਈਆਂ, ਅਤੇ ਉਹ ਲੜਾਈ ਸੀ ਸਿਧਾਰਥ ਸ਼ੁਕਲਾ ਵੱਲੋਂ, ਜੋ ਲੜਦੇ ਨਜ਼ਰ ਆਏ ਘਰ ਦੇ ਖਾਣੇ ਨੂੰ ਲੈ ਕੇ, ਘਰ ਵਿੱਚ ਰੋਟੀ ਬਣੇਗੀ, ਚਾਵਲ ਬਣਨਗੇ ਜਾਂ ਦਾਲ ਬਣਨਗੇ। ਇਸੀ ਗੱਲ 'ਤੇ ਪੂਰਾ ਦਿਨ ਲੜਾਈ ਚੱਲਦੀ ਰਹੀ, ਅਤੇ ਰਾਸ਼ਨਿੰਗ ਉੱਤੇ ਕਾਫੀ ਜ਼ਿਆਦਾ ਵਿਵਾਦ ਖੜ੍ਹੇ ਹੋ ਚੁੱਕੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਨਿੰਗ ਦੀ ਡਿਊਟੀ ਸੀ ਸ਼ਹਿਨਾਜ਼ ਗਿੱਲ, ਉਹਨਾਂ ਨੇ ਤਾਂ ਆਪਣੇ ਹੱਥ ਖੜ੍ਹੇ ਕਰਤੇ ਕਿ ਜੇ ਖਾਣਾ ਮੁੱਕ ਗਿਆ ਮੈਨੂੰ ਕੋਈ ਲੈਣਾ ਦੇਣਾ ਨਹੀਂ ਆ। ਬਸ ਫਿਰ ਜੀ ਇਹੀ ਗੱਲਾਂ ਚੱਲਦੀਆਂ ਰਹੀਆਂ ਬਿਗ ਬੋਸ ਦੇ ਘਰ ਵਿੱਚ, ਅਤੇ ਹਾਲ ਹੀ ਦੇ ਵਿੱਚ ਇੱਕ ਨੋਮੀਨੇਸ਼ਨ ਦੀ ਪ੍ਰਕਿਰਿਆ ਫਿਰ ਤੋਂ ਦੁਹਰਾਈ ਗਈ। ਸ਼ਹਿਨਾਜ਼ ਗਿੱਲ ਨੇ ਆਪਣਾ ਦਿਲ ਦਿੱਤਾ ਪਾਰਸ ਨੂੰ, ਪਰ ਇੱਕ ਦਿਨ ਹੋਇਆ ਹੀ ਨਹੀਂ ਸੀ ਕਿ ਸ਼ਹਿਨਾਜ਼ ਦਾ ਦਿਲ ਤੋੜ ਦਿੱਤਾ ਪਾਰਸ ਛਾਬੜਾ ਨੇ। ਇੱਕ ਨੋਮੀਨੇਸ਼ਨ ਦੀ ਪ੍ਰਕਿਰਿਆ ਨੂੰ ਫਿਰ ਤੋਂ ਹੈਲਡ ਕੀਤਾ ਗਿਆ, ਜਿਸ ਵਿੱਚ ਮੁੰਡਿਆਂ ਨੇ ਕੁੜੀਆਂ ਨੂੰ ਜੇਲ੍ਹ ਤੋਂ ਬਾਹਰ ਕੱਢਣਾ ਸੀ, ਇੱਕ ਤਾਲੇ ਲੱਗੇ ਹੋਏ ਦਰਵਾਜ਼ੇ ਤੋਂ ਬਾਹਰ ਕੱਢਣਾ ਸੀ, ਅਤੇ ਉਸ ਤੋਂ ਬਾਅਦ ਜਿਹੜੀ ਕੁੜੀ ਨੂੰ ਉਹ ਬਾਹਰ ਲੈ ਕੇ ਆਉਂਦੇ ਆ, ਉਸ ਕੁੜੀ ਨੇ ਕਿਸੇ ਹੋਰ ਕੁੜੀ ਦਾ ਮਟਕਾ ਸੁੱਟਣਾ ਸੀ ਸਵਿਮਿੰਗ ਪੂਲ ਦੇ ਵਿੱਚ। ਪਰ ਇਸੀ ਰਾਊਂਡ ਦੇ ਵਿੱਚ ਪਾਰਸ ਨੇ ਚੁਣਿਆ ਦਿਲਜੀਤ ਨੂੰ, ਉਹਨਾਂ ਨੇ ਸ਼ਹਿਨਾਜ਼ ਨੂੰ ਨਾ ਚੁਣਦੇ ਹੋਏ ਚੁਣਿਆ ਦਿਲਜੀਤ ਨੂੰ, ਅਤੇ ਜਿਵੇਂ ਹੀ ਦਿਲਜੀਤ ਬਾਹਰ ਆਈ ਉਹਨਾਂ ਨੇ ਸੁੱਟ ਦਿੱਤਾ ਸ਼ਹਿਨਾਜ਼ ਦਾ ਮਟਕਾ ਸਵਿਮਿੰਗ ਪੂਲ ਦੇ ਵਿੱਚ। ਇਸ ਗੱਲ ਤੋਂ ਸ਼ਹਿਨਾਜ਼ ਨੂੰ ਕਾਫੀ ਜ਼ਿਆਦਾ ਠੇਸ ਪਹੁੰਚੀ, ਅਤੇ ਉਹਨਾਂ ਨੇ ਕਿਹਾ ਕਿ ਪਾਰਸ ਨੇ ਇੱਕ ਵਾਰ ਮੇਰੇ ਨਾਲ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ, ਉਹਨਾਂ ਨੇ ਮੈਨੂੰ ਬਚਾਉਣਾ ਤਾਂ ਕੀ, ਕਿਸੇ ਹੋਰ ਨੂੰ ਵੀ ਨਹੀਂ ਕਿਹਾ ਕਿ ਸ਼ਹਿਨਾਜ਼ ਦਾ ਮਟਕਾ ਨਾ ਸੁੱਟੋ। ਇਸੀ ਗੱਲ 'ਤੇ ਇਹਨਾਂ ਦੋਨਾਂ ਦੀ ਨੋਕ ਝੋਕ ਸ਼ੁਰੂ ਹੋ ਗਈ ਆ, ਪਰ ਅਜੇ ਸਿਰਫ ਇੱਕੋ ਹੀ ਕੁੜੀ ਨੂੰ ਬਚਾਇਆ ਪਾਰਸ ਨੇ, ਕਿ ਹੁਣ ਫਿਰ ਤੋਂ ਸ਼ਹਿਨਾਜ਼ ਔਰ ਪਾਰਸ ਦੇ ਵਿੱਚ ਦੀ ਲੜਾਈ ਵੱਧਦੀ ਹੈ, ਜਾਂ ਪਾਰਸ ਉਸਨੂੰ ਅਪੋਲੋਜਾਈਜ਼ ਕਰਕੇ ਆਪਣੀ ਗਲਤੀ ਨੂੰ ਸੁਧਾਰਦੇ ਨੇ। ਇਸ ਦੇ ਲਈ ਤਾਂ ਸਾਨੂੰ ਨੈਕਸਟ ਐਪੀਸੋਡ ਦੀ ਉਡੀਕ ਕਰਨੀ ਪੈਣੀ ਆ, ਪਰ ਹੁਣ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿ ਸ਼ਹਿਨਾਜ਼ ਦਾ ਗੁੱਸਾ ਜਾਇਜ਼ ਹੈ ਪਾਰਸ ਦੇ ਨਾਲ? ਇਸ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ